ਉਹ ਕੋਈ ਬੈਰ ਕੱਢ ਗਈ ਸਾਨੂੰ ਜਿਉਂਦੇ ਜੀ ਮਾਰ ਗਈ ਡੈਡੀ ਜੀ ਤਾਂ ਚਿੱਠੀ ਲਿਖ ਕੇ ਰੱਖ ਕੇ ਗਈ ਆ ਵੀ ਮੇਰੀ ਜ਼ਿੰਦਗੀ ਚ ਦਖਲ ਅੰਦਾਜ਼ੀ ਨਾ ਕਰਿਓ ਮੈਂ ਆਪਣੀ ਮਰਜ਼ੀ ਨਾਲ ਜਾ ਰਹੀ ਆ ਕਰਕੇ ਤੇ ਆਪਣੇ ਵੀ ਉਹ ਹਾਲ ਨਾ ਹੋ ਜਾਣ ਹਜੇ ਤੱਕ ਤਾਂ ਮੈਂ ਲੋਕਾਂ ਨੂੰ ਦੇਖਿਆ ਹੀ ਆ ਵਿਚਾਰੇ ਸਵੇਰੇ ਸਵੇਰੇ ਡੋਲੀਆਂ ਚੱਕ ਕੇ ਮੰਗਣ ਆਉਂਦੇ ਹੁੰਦੇ ਆ ਗੇਟ ਗੇਟ ਤੇ ਪਰ ਜੇ ਕਿਤੇ ਲੱਭ ਗਈ ਨਾ ਉਹਨੂੰ ਮਾਰ ਕੇ ਉੱਥੇ ਟੋਆ ਪਟ ਕੇ ਦੱਬ ਦੂ ਮੈਂ ਪਤਾ ਹੀ ਨਹੀਂ ਕੀ ਹੋਈ ਜੇ ਜਾਂਦਾ ਹੈ ਨਾ ਜ਼ਿੰਦਗੀ ਇੱਧਰ ਦੀ ਆ ਨਾ ਜ਼ਿੰਦਗੀ ਉੱਧਰ ਦੀ ਆ ਉਹ ਤਾਂ ਆਇਆ ਹੀ ਨਹੀਂ ਹੈਗਾ ਅਜੇ ਤੱਕ ਪਤਾ ਨਹੀਂ ਇਹੋ ਜਿਹਾ ਕਿਹੜਾ ਬੰਬੇ ਸ਼ਹਿਰ ਚ ਵੱਗ ਗਿਆ ਕਿੱਡਾ ਵੱਡਾ ਘਰ ਜਿਹਾ ਜਾੜ ਜਿਹਾ ਕੰਧਾਂ ਉਹ ਵੱਢ ਖਾਣ ਵਾਂਗੂ ਪੈਂਦੀਆਂ ਹੋਈਆਂ ਮੇਰਾ ਤਾਂ ਉਹੀ ਨਹੀਂ ਇੱਥੇ ਜੀ ਲੱਗਣਾ ਮੈਨੂੰ ਲੱਗਦਾ ਐਵੇਂ ਆਪਦੇ ਮਹਿਲ ਮਨਾਰੇ ਛੱਡ ਕੇ ਆ ਗਈ ਪਰ ਚੰਦਰੇ ਦਾ ਮੂੰਹ ਹੀ ਬਾਹਲਾ ਆਉਂਦਾ ਕੋਠੀਆਂ ਕਾਰਾਂ ਕਿੱਥੇ ਦਿਸਦੀਆਂ ਸੀ ਉੱਠ ਖੜੀ ਮੈਂ ਤਾਂ ਉੱਠ ਗਈ ਕਦੋਂ ਦੀ ਡਿੱਕੀ ਜਾਨੀ ਆ ਵੀ ਕੁਛ ਲੈ ਕੇ ਮੁੜੋਂਗੇ ਕੁਛ ਲੈ ਕੇ ਮੁੜੋਂਗੇ ਓ ਯਾ ਦੇਖ ਤੇਰੇ ਵਾਸਤੇ ਲੈ ਕੇ ਆਇਆ ਚੱਕ ਆ ਲੈ ਕੀ ਲੈ ਕੇ ਆਇਆ ਤੂੰ ਉਹ ਬਿਸਕੁਟ ਲੈ ਕੇ ਆਇਆ ਢਾਈ ਦਾ ਬਿਸਕੁਟ ਆਏ ਤੂੰ ਖਾਏਂਗਾ ਕਿ ਮੈਂ ਖਾਉਂਗੀ ਉਹ ਢਾਈ ਕਿੱਥੇ ਨੇ ਯਾਰ ਦੇਖ ਤਾਂ ਲੈ ਕਿੰਨੇ ਨੇ ਆ ਨਾਲ ਲੱਡੂ ਵੀ ਲੈ ਕੇ ਆਇਆ ਲੈ ਲੈ ਕੀ ਯਾਰ ਲੱਡੂ ਨਾ ਮੇਰਾ ਸਿਰ ਚ ਮਾਰੋ ਜੇ ਤੁਹਾਨੂੰ ਪਤਾ ਵੀ ਮੈਨੂੰ ਤਾਂ ਇਹ ਪਸੰਦ ਹੀ ਨਹੀਂ ਹੈਗਾ ਮਿੱਠਾ ਸੁੱਖ ਨਾਲ ਉਹ ਗੱਲ ਪਤਾ ਕੀ ਆ ਮਨਪ੍ਰੀਤ ਮੇਰੇ ਲਈ ਵੀ ਸਾਰੀ ਸੀ 200 ਰੁਪਇਆ 100 ਦਾ ਮੈਂ ਪੈਟਰੋਲ ਵਾਲੇ ਮੋਟਰਸਾਈਕਲ ਦੇ ਵਿੱਚ ਤੇ 100 ਦਾ ਸਮਾਨ ਲੈਂਦਾ ਯਾਰ ਹੁਣ ਹੋਰ ਦਾ 100 ਦੇ ਵਿੱਚ ਕੀ ਆਊਗਾ ਕਮਾਲ ਹੋਈ ਪਈ ਆ ਹੁਣ ਉਹ ਕਿ 15 ਕਿੱਲਿਆਂ ਦੀ ਵਾਹੀ ਕਰਦਾ ਜੱਟ ਜੱਟ ਕੋਲੇ 15 ਕਿੱਲੇ ਆ ਹੁਣ ਕਿੱਧਰ ਗਏ 15 ਕਿੱਲੇ ਉਹ 15 ਕਿੱਲੇ ਹੈਗੇ ਆ ਉਹ ਨਾਲ ਥੋੜੀ ਚੱਕੀ ਫਿਰਦਾ ਮੈਂ ਨਾਲੇ ਮੇਰੀ ਗੱਲ ਸੁਣ ਲੈ ਜਦੋਂ ਤੂੰ ਕਾਲੀ ਕਾਲੀ 'ਚ ਫੋਨ ਕਰੇ ਵੀ ਹਾਂ ਆ ਕਰਕੇ ਆ ਕੇ ਲੈ ਜਾ ਮੈਨੂੰ ਉਹ ਬੱਡੂ ਬੱਡਾ ਚੱਕਣੇ ਭੁੱਲ ਗਿਆ ਕਰੋ ਮੈਂ ਨਾਲੇ ਲੱਡੂ ਬਿਸਕੁਟ ਦੱਸ ਇਹ ਕਿਹੜਾ ਹੁਣ ਮੈਂ ਚਾਹ ਨਾਲ ਪੀਣੇ ਨੇ ਵੀ ਡੱਫਣੇ ਨੇ ਸਵੇਰ ਦਾ ਟਾਈਮ ਨਹੀਂ ਹੈਗਾ ਹੁਣ 10 ਤਾਂ ਵੱਜਣ ਤੇ ਆ ਰਹੇ ਆ ਰੋਟੀ ਦਾ ਟਾਈਮ ਹੋਇਆ ਪਿਆ ਵੀ ਕੋਈ ਪਰੌਂਠੇ ਫੜ ਲਿਆ ਕੋਈ ਦਹੀਂ ਲਿਆ ਕੁਛ ਤਾਂ ਢਿੱਡ 'ਚ ਪਾ ਦੇ ਰਾਤ ਦੀ ਭੁੱਖੀ ਮਰੀ ਪਈ ਆ ਮੈਂ ਉਹ ਮੈਂ ਵੀ ਤਾਂ ਤੇਰੇ ਨਾਲ ਹੀ ਭੁੱਖਾ ਪਹਿਲਾਂ ਖਾ ਲੈ ਫਿਰ ਤੈਨੂੰ ਰੋਟੀ ਵੀ ਖਵਾ ਦੂੰਗਾ ਮੈਂ ਕਿਉਂ ਫਿਕਰ ਕਰੀ ਨਾ ਬਾਹਰ ਕੱਲਾ ਫਿਰਦਾ ਖਾ ਕੇ ਆ ਗਿਆ ਹੋਵੇ ਕਿਸੇ ਨਾਲ ਤੇਰਾ ਧਾਰ ਚੱਲਦਾ ਹੋਵੇ ਲੈ ਆ ਮੇਰਾ ਮੂੰਹ ਦੇਖ ਲੈ ਉਤਰਿਆ ਪਿਆ ਯਾਰ ਜਿਵੇਂ ਦਾ ਗਿਆ ਸੀ ਉਵੇਂ ਆਇਆ ਮੂੰਹ ਵੀ ਨਹੀਂ ਤੋਤਾ ਚੱਜ ਨਾ ਮੈਂ ਤਾਂ ਰੋਟੀ ਕਿੱਥੋਂ ਖਾਇਆ ਹੋਊਗਾ ਬਾਹਰ ਕਿਤੇ ਮੈਂ ਆ ਖਾ ਲੈ ਹੁਣ ਮੇਰੇ ਮੂੰਹ ਕਿੰਨੇ ਚੱਕੀ ਜਾ ਉਹ ਯਾਰ ਤਾਂ ਖਾ ਲਾ ਚੱਲ ਮੈਂ ਚਾਹ ਦਾ ਵੀ ਹਿੱਲਾ ਕਰਦਾ ਲਿਆਉਣਾ ਕਿਸੇ ਪਾਸੇ ਹੱਲ ਕਰਕੇ ਮੈਂ ਯਾਰ ਕਿਤੇ ਆਪਣੇ ਵੀ ਉਹ ਹਾਲ ਨਾ ਹੋ ਜਾਣ ਹਜੇ ਤੱਕ ਤਾਂ ਮੈਂ ਲੋਕਾਂ ਨੂੰ ਦੇਖਿਆ ਹੀ ਆ ਵਿਚਾਰੇ ਸਵੇਰੇ ਸਵੇਰੇ ਡੋਲੀਆਂ ਚੱਕ ਕੇ ਮੰਗਣ ਆਉਂਦੇ ਹੁੰਦੇ ਆ ਗੇਟ ਗੇਟ ਤੇ ਕਿਤੇ ਆਪਾਂ ਨੂੰ ਵੀ ਆਹੀ ਕੁਛ ਨਾ ਕਰਨਾ ਪਵੇ ਯਾਰ ਤੂੰ ਤਾਂ ਹੋਰ ਹੀ ਗੱਲਾਂ ਮਨ ਵੀ ਸੋਚੀ ਜਾਂਦੀ ਆ ਯਾਰ ਨੰਗ ਮਲਾ ਕਿਉਂ ਸਕਣਾ 15 ਕੇ ਲਿਆਉਂਦੇ ਨੇ ਮੈਨੂੰ ਜੇ ਤੈਨੂੰ ਇੱਥੇ ਲੈ ਕੇ ਬੈਠਾ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਮੇਰੇ ਕੋਲ ਕੁਛ ਹੈ ਨਹੀਂਗਾ ਗੱਲ ਤਾਂ ਇਹ ਆ ਵੀ 15 ਕਿੱਲੇ ਸਿਰਫ ਕੈਂਚ ਹੀ ਆਉਂਦੇ ਆ ਹੁਣ ਮੈਂ ਕਿਹੜਾ ਜਾ ਕੇ ਦੇਖਿਆ ਵੀ ਆਉਂਦੇ ਆ ਕਿ ਨਹੀਂ ਆਉਂਦੇ ਚੱਲ ਕੋਈ ਗੱਲ ਨਹੀਂ ਮੈਂ ਹੀ ਲਬਸੀਲਾ ਕਰਨਾ ਚਾਹ ਪਾਣੀ ਦਾ ਤੂੰ ਆ ਖਾ ਚੰਗਾ ਨੇ ਮੈਂ ਆਉਣਾ ਉਹੀ ਕਰੀ ਜਾ ਹੁਣੀ ਤੂੰ ਤਾਂ ਯਾਰ ਵੀ ਨਾ ਬਸ ਜਮੀ ਸੜੀ ਹੋਈ ਚੀਜ਼ ਆ ਕਰਕੇ ਦੇਖ ਲੈ ਮੈਂ ਮਰ ਜਾ ਲੈ ਦੇਖ ਲੈ ਚੰਦਰੀ ਦੇ ਦਿਮਾਗ ਤੇ ਕੀ ਠਿਕਰਾ ਵੱਜਿਆ ਸੀ ਉਹਦਾ ਬਸਾ ਬਸਾਇਆ ਘਰ ਜਾੜ ਲਿਆ ਮੰਮੀ ਮੰਮੀ ਮੇਰਾ ਭਾਈ ਤਾਂ ਜਾਉਂਦਾ ਹੀ ਮਰ ਜੂਗਾ ਜਦੋਂ ਉਹਨੂੰ ਪਤਾ ਲੱਗਿਆ ਹਜੇ ਤਾਂ ਉਹਨੂੰ ਹੈ ਵੀ ਚਲੂਰੀ ਹੋਣੀ ਬਈ ਮਿਲੀ ਮਨਪ੍ਰੀਤ ਕਿਤੇ ਮੈਂ ਤਾਂ ਸਾਰਾ ਪਿੰਡ ਜਾ ਲਿਆ ਮੈਨੂੰ ਤਾਂ ਕਿਤੇ ਨਹੀਂ ਮਿਲੀ ਕੋਈ ਉਹਦਾ ਨਾਮ ਨਿਸ਼ਾਨ ਨਹੀਂ ਮਿਲਿਆ ਮਿਲੂਗੀ ਤਾਂ ਜੇ ਉਹ ਉਰੇ ਹੋਊਗੀ ਉਹ ਹੈ ਨਹੀਂ ਉਹ ਕੋਈ ਬੈਰ ਕੱਢ ਗਈ ਸਾਨੂੰ ਜਿਉਂਦੇ ਜੀ ਮਾਰ ਗਈ ਡੈਡੀ ਜੀ ਤਾਂ ਚਿੱਠੀ ਲਿਖ ਕੇ ਰੱਖ ਕੇ ਗਈ ਆ ਵੀ ਮੇਰੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਨਾ ਕਰਿਓ ਮੈਂ ਆਪਣੀ ਮਰਜ਼ੀ ਨਾਲ ਜਾ ਰਹੀ ਹਾਂ ਹੇ ਬੁੱਧ ਇਹ ਮੈਨੂੰ ਲੱਗਦਾ ਉਹ ਗੰਡੂਆ ਵਾਲੇ ਮੁੰਡੇ ਨਾਲ ਨਿਕਲ ਗਈ ਉਹ ਮੁੰਡੇ ਦੇ ਘਰ ਪਤਾ ਕਰ ਲਓ ਫੋਨ ਕਰਕੇ ਵੇ ਉਹ ਵੀ ਹੈਗਾ ਹਾਏ ਬਸ ਬਾਈ ਬਸ ਰੋ ਲਓ ਉਹਦੀ ਜਾਨ ਨੂੰ ਰੋ ਲਓ ਵਿਆਹ ਕੇ ਭੇਜੀ ਸੀ ਮੈਂ ਤਾਂ ਵਸਾਈ ਸੀ ਮੈਂ ਤਾਂ ਵਸਾਉਣ ਲਈ ਵਿਆਹੀ ਸੀ ਮੈਨੂੰ ਕੀ ਪਤਾ ਸੀ ਵੀ ਆਹ ਕੁਛ ਕਰ ਦੇਊਗੀ ਚੱਲ ਭਾਬੀ ਹੁਣ ਕਹਿੰਦੀ ਮੈਂ ਇਸ ਮੌਕੇ ਤੇ ਸੋਹਣੀ ਤਾਂ ਨਹੀਂ ਲੱਗਦੀ ਪਰ ਸ਼ਾਇਦ ਤੂੰ ਵੀ ਬਹੁਤ ਦਿੱਤੀ ਸੀ ਮਨਪ੍ਰੀਤ ਨੂੰ ਹੁਣ ਇਹ ਗੱਲਾਂ ਕਰਨ ਦਾ ਟਾਈਮ ਨਹੀਂ ਏ ਕਿਤੇ ਲੈ ਆਓ ਮੇਰੀ ਧੀ ਨੂੰ ਮੰਮੀ ਤੈਨੂੰ ਹਲੇ ਵੀ ਆਪਦੀ ਧੀ ਕਹਿੰਦੀ ਆ ਲੈ ਆਓ ਮੇਰਾ ਟੱਡ ਦੋਹਿਆਂ ਦਿੰਦਾ ਤੂੰ ਛੱਡ ਦੇ ਉਹਦਾ ਖਿਆਲ ਮਾਰ ਗਈ ਬਸ ਆਪਣੇ ਇੰਨਾ ਚੰਗਾ ਜੰਮਦੀ ਮਰ ਜਾਂਦੀ ਨਖਸਮੀ ਆ ਚੰਦ ਚਾੜ ਕੇ ਮੇਰੀ ਗੱਲ ਸੁਣ ਹੋਸ਼ ਰੱਖ ਜੇ ਤੈਨੂੰ ਕੁਛ ਹੋ ਗਿਆ ਨਾ ਸਾਰਾ ਘਰ ਮੁੱਦਾ ਵੱਜ ਜਾਣਾ
ਕਰਤਾ ਮੁੱਦਾ ਵੱਜ ਗਿਆ ਭੈਣੇ ਮੰਮੀ ਤੂੰ ਹੌਸਲਾ ਰੱਖ ਹੁਣ ਕੀ ਕਰ ਸਕਦੇ ਆ ਜਦੋਂ ਆਪਣੀ ਮਰਜ਼ੀ ਲੱਗ ਗਈ ਆ ਮੇਰਾ ਪੁੱਤ ਚੋਂ ਬੰਦਿਆਂ 'ਚ ਮੂੰਹ ਦੇਣ ਜੋਗਾ ਨਹੀਂ ਰਿਹਾ ਕੀ ਹੌਸਲਾ ਰੱਖਾਂ ਮੈਂ ਤੈਨੂੰ ਹੀ ਸਮਝਾਉਣ ਲੱਗਿਆ ਤੂੰ ਹੁਣ ਨਾ ਆਪਣੇ ਆਪ ਨੂੰ ਹੌਸਲੇ 'ਚ ਲੈ ਕੇ ਆ ਹੋਊਗਾ ਮੇਰੇ ਪੁੱਤ ਦਾ ਜਸ਼ਨ ਪੋਤਾ ਚੋਂ ਬੰਦਿਆਂ ਚ ਢਿੱਡ ਦੁਹਾਈਆਂ ਦਿੰਦਾ ਹੁਣ ਮਨਪ੍ਰੀਤ ਹਾਏ ਮੇਰੇ ਤੋਂ ਤਾਂ ਰੋਇਆ ਵੀ ਨਹੀਂ ਜਾਂਦਾ ਕੋਈ ਨਾ ਬਾਈ ਇਹਨਾਂ ਦਿਲ ਹੌਲਾ ਕਰ ਹੁਣ ਤੱਕ ਤਾਂ ਮੈਨੂੰ ਵੀ ਐਂ ਲੱਗਦਾ ਸੀ ਵੀ ਚੱਲ ਕੀ ਪਤਾ ਮਨਪ੍ਰੀਤ ਆਪਦੀ ਸਹੇਲੀ ਸੁਹਲੀ ਕੋਲ ਗਈ ਹੋਵੇ ਪਰ ਹੁਣ ਤਾਂ ਮੈਨੂੰ ਵੀ ਯਕੀਨ ਹੀ ਹੋ ਗਿਆ ਵੀ ਜਿਹੜਾ ਕੁਛ ਤੁਸੀਂ ਕਹਿੰਦੇ ਹੋ ਉਹੀ ਸੱਚ ਹੈ ਦੇਖ ਵੀਰੇ ਇੱਦਾਂ ਹਿੰਮਤ ਹਾਰ ਕੇ ਨਹੀਂ ਸਰਦਾ ਆਪਣੇ ਨਾਲ ਕਿਹੜਾ ਇਕੱਲਿਆਂ ਨਾਲ ਬਣੀ ਹੈ ਦੁਨੀਆ ਨਾਲ ਬਣਦੀ ਹੈ ਫਿਰ ਹੁਣ ਮਰਿਆ ਤਾਂ ਨਹੀਂ ਜਾਂਦਾ ਮੇਰੀ ਗੱਲ ਸੁਣ ਕੁੜੀਏ ਕਿੱਥੇ ਤਾਂ ਮੈਂ ਇੱਕ ਕੱਢ ਕੇ ਬਾਹਰ ਨਿਕਲਦਾ ਸੀ ਘਰੋਂ ਹੁਣ ਮੈਂ ਕੀ ਮੂੰਹ ਦਿਖਾਊਂ ਇਹ ਤਾਂ ਮੇਰੀ ਪੱਗ ਰੋਲਤੀ ਜਮਾਂ ਪਰ ਮੇਰੀ ਪੱਗ ਰੋਲਣ 'ਚ ਨਾ ਤੇਰੀ ਭਰਜਾਈ ਦਾ ਵੀ ਹੱਥ ਵਿੱਚ ਹੈ ਬਾਈ ਹੁਣ ਉਹਨੂੰ ਦੋਸ਼ ਨਾ ਦੇ ਉਹ ਵੀ ਮਾਂ ਹੈ ਉਹਦੇ 'ਤੇ ਕੀ ਬੀਤਦੀ ਹੈ ਇੱਕ ਔਰਤ ਨੂੰ ਜਾਣਦੀ ਹੈ ਉਹਨੂੰ ਦੋਸ਼ ਨਾ ਦਿਓ ਉਹਦਾ ਕਿਹੜਾ ਜੀ ਕਰਦਾ ਸੀ ਵੀ ਉਹਦੀ ਧੀ ਉਹਨਾਂ ਦੀ ਇੱਜ਼ਤ ਰੋਲ ਕੇ ਜਾਵੇ ਤੁਸੀਂ ਇਹ ਸਭ ਕੁਛ ਛੱਡੋ ਤੁਸੀਂ ਹੁਣ ਐਂ ਕਰੋ ਹਾਲੇ ਵੀ ਦੇਖ ਡੁੱਲੇ ਪੇਰਾਂ ਦਾ ਕੁਛ ਨਹੀਂ ਵਿਗੜਿਆ ਹਾਲੇ ਕਿਸੇ ਨੂੰ ਨਹੀਂ ਪਤਾ ਲੱਗਿਆ ਤੁਸੀਂ ਉਹਨੂੰ ਲੱਭ ਕੇ ਲਿਆਓ ਅਤੇ ਉਸੇ ਘਰ 'ਚ ਵਸਾਵਾਂਗੇ ਆਪਾਂ ਹਾਂ ਬਾਈ ਉਹ ਭੈਣੇ ਜੇ ਮੈਨੂੰ ਪਤਾ ਹੁੰਦਾ ਮੈਂ ਹੁਣ ਨੂੰ ਲੈ ਆਉਂਦਾ ਜਦੋਂ ਆਉਂਦਾ ਐਂ ਨਹੀਂ ਆ ਤਾਂ ਪਤਾ ਕੋਈ ਕਿੱਥੇ ਹੈ ਕਿੱਥੇ ਨਹੀਂ ਮੈਂ ਉਹਨੂੰ ਲਿਆਵਾਂ ਕਿੱਥੋਂ ਫਿਰ ਮੇਰੀ ਐਂ ਗੱਲ ਸੁਣੋ ਇੱਦਾਂ ਢੇਰੀ ਵੀ ਨਹੀਂ ਢਾ ਕੇ ਬਹਿ ਸਕਦੇ ਨਾ ਕੋਸ਼ਿਸ਼ ਤਾਂ ਕਰੋ ਲੱਭਣ ਦੀ ਕਿਤੇ ਨਾ ਕਿਤੇ ਤਾਂ ਮਿਲੂਗੀ ਇੰਨੀ ਛੇਤੀ ਕਿਹੜਾ ਹੋ ਗਾ ਕਨੇਡਾ ਵਾਗੀ ਇੱਥੇ ਹੋਣੀ ਲੱਭਾਂਗੇ ਆਪਾਂ ਕਿਤੇ ਨਾ ਕਿਤੇ ਆਪਾਂ ਨੂੰ ਜ਼ਰੂਰ ਮਿਲ ਜੂਗੀ ਪਰ ਜੇ ਕਿਤੇ ਲੱਭ ਗਈ ਨਾ ਉਹਨੂੰ ਮਾਰ ਕੇ ਉੱਥੇ ਟੋਆ ਪੱਟ ਕੇ ਦੱਬ ਦੂੰ ਮੈਂ ਨਾ ਨਾ ਬਾਈ ਇਹੋ ਜਿਹਾ ਕੁਛ ਨਾ ਕਰਿਓ ਉਹਨਾਂ ਦਾ ਵਿਚਾਰਿਆਂ ਦਾ ਕੀ ਦੋਸ਼ ਹੈ ਉਹਨਾਂ ਦਾ ਕਿਉਂ ਘਰ ਜਾੜਨ ਲੱਗੇ ਹੋ ਉਹ ਹੁਣ ਮਾਰੇ 'ਚ ਨਾ ਜਾਣ 'ਚ ਓਏ ਉਹਨਾਂ ਦੀ ਕਿਹੜਾ ਇੱਜ਼ਤ ਰਹਿ ਗਈ ਹੁਣ ਜਦੋਂ ਉੱਥੇ ਵੀ ਤਾਂ ਪਤਾ ਲੱਗੂ ਵੀ ਇਹਨਾਂ ਦੀ ਨੂੰਹ ਭੱਜ ਗਈ ਉਹ ਤਾਂ ਹੈ ਬਾਈ ਹੁਣੇ ਤਾਂ ਨਾ ਆਪਣੇ ਦੋਹੇ ਘਰਾਂ ਦੀ ਇੱਜ਼ਤ ਰੋਲ ਕੇ ਰੱਖਤੀ ਚੱਲ ਕੋਈ ਨਾ ਹੁਣ ਮੈਂ ਤੈਨੂੰ ਕਿਹਾ ਤਾਂ ਹੈਗਾ ਵੀ ਜਸ ਨੂੰ ਕਹਿ ਦਿੰਦੇ ਹਾਂ ਸਮਝਾ ਦਿੰਦੇ ਹਾਂ ਉਹਨੂੰ ਵੀ ਅਤੇ ਉਹਨੂੰ ਲੱਭ ਕੇ ਆਪਾਂ ਉੱਥੇ ਛੱਡ ਆਉਂਦੇ ਹਾਂ ਮਾਫ਼ੀ ਮੰਗ ਲਾਂਗੇ ਉਹਨਾਂ ਦੇ ਪੈਰਾਂ 'ਚ ਪੈ ਜਾਵਾਂਗੇ ਹੋਰ ਕੀ ਹੈ ਉਹ ਪੈਰਾਂ 'ਚ ਤਾਂ ਭੈਣੇ ਪੈ ਜੂੰ ਜੇ ਦੋਨੇ ਘਰਾਂ ਦੀ ਇੱਜ਼ਤ ਵੱਜੇ ਪਰ ਉੱਥੇ ਆਵੇ ਤਾਂ ਹੈ ਨਾ ਚੱਲ ਕੋਈ ਗੱਲ ਨਹੀਂ ਵੀਰੇ ਰੱਬ ਭਲੀ ਕਰੂਗਾ ਮੈਨੂੰ ਤਾਂ ਸੱਚੀ ਐਂ ਸੀ ਮਹਾਂ ਕਿਤੇ ਆ ਭਰਜਾਈ ਨੇ ਕੋਈ ਨਵਾਂ ਜੱਬ ਛੇੜਤਾ ਇਹਦੇ ਪਾਸੇ ਤਾਂ ਮੈਨੂੰ ਸੋਚ ਫਿਕਰ ਹੈ ਹੀ ਨਹੀਂ ਸੀ ਇਹ ਜੱਬ ਉਸੇ ਦਾ ਹੀ ਛੇੜਿਆ ਉਹ ਤਾਰੀ ਨੇ ਸਿਉਣੇ ਵਰਗਾ ਜਵਾਕ ਭਾਣਿਆ ਸੀ ਮੈਂ ਉਹ ਸਿਉਣੇ ਵਰਗੇ ਜਵਾਕ ਦੀ ਵੀ ਇੱਜ਼ਤ ਨਾਲ ਮਿੱਟੀ 'ਚ ਮਿਲ ਗਈ ਉਹ ਕੁੜਮਣੀ ਨੂੰ ਕੀ ਕਹੂੰਗਾ ਮੈਂ ਉਹ ਇੰਨੀ ਸ਼ਰੀਫ ਇੰਨੀ ਸਿਆਣੀ ਵਿਚਾਰੀ ਉਹ ਕੀ ਮੂੰਹ ਲੈ ਕੇ ਉਹ ਪਿੰਡ 'ਚ ਬਾਹਰ ਨਿਕਲੂ ਸਹੀ ਗੱਲ ਹੈ ਬਾਈ ਤੇਰੀ ਚੱਲ ਹੁਣ ਫਿਰ ਕਰ ਵੀ ਕੀ ਸਕਦੇ ਹਾਂ ਆਪਣੇ ਕਿਹੜਾ ਸਹਾਰੇ ਹੈ ਕੁਛ ਹੈ ਨਾ ਅਤੇ ਉਹ ਭਰਜਾਈ ਨੇ ਵੀ ਨਾ ਸੱਚੀ ਰੋ ਰੋ ਆਪਦਾ ਬੁਰਾ ਹਾਲ ਕਰ ਰੱਖਿਆ ਮੈਂ ਉਹਨੂੰ ਸਮਝਾਉਂਦੀ ਹਾਂ ਮਾੜਾ ਜਿਹਾ ਤੁਸੀਂ ਵੀ ਹੌਂਸਲਾ ਰੱਖੋ ਵੀਰੇ ਬਸ ਮੈਨੂੰ ਉਹਦੇ 'ਤੇ ਵੀ ਗੁੱਸਾ ਚੜ੍ਹੀ ਜਾਂਦਾ ਹੁਣ ਪਹਿਲਾਂ ਤੂੰ ਦੇਖ ਜਦੋਂ ਤੇਰੇ ਸਹੁਰੀ ਪਤਾ ਲੱਗੂ ਹਾਂ ਤਾਂ ਉਦੋਂ ਕੀ ਬਣੂ ਆਪਾਂ ਨੂੰ ਤਾਂ ਸਾਰੇ ਪਾਸੇ ਨਾ ਸਾਰੇ ਪਾਸੇ ਬੇਇੱਜ਼ਤ ਕਰਤਾ ਇਹਨੇ ਸੱਚੀ ਬਈ ਮੈਨੂੰ ਤਾਂ ਆਪ ਐਂ ਲੱਗਦਾ ਵੀ ਮੇਰੇ ਦਰਾਣੀ ਜਠਾਣੀ ਸੱਚੀ ਕੀ ਮਿਹਣੇ ਮਾਰਨਗੀਆਂ ਮੈਨੂੰ ਮੈਂ ਤਾਂ ਭਾਫ ਨਹੀਂ ਕੱਢਦੀ ਕਿਸੇ ਕੋਲ ਭਾਫ ਕੱਢੀ ਵੀ ਨਾ ਭੈਣੇ ਨਹੀਂ ਤਾਂ ਨਾ ਇੱਜ਼ਤ ਹੋਰ ਰੁਲ ਜੂ ਜਿਹੜੀ ਮਾੜੀ ਮੋਟੀ ਬਚੀ ਹੈ ਵੀਰੇ ਮੈਨੂੰ ਤਾਂ ਐਂ ਸੀਗਾ ਵੀ ਆਹ ਹੁਣ ਫਿਰ ਭਰਜਾਈ ਨੇ ਕੋਈ ਨਵਾਂ ਜੱਬ ਛੇੜਤਾ ਆਹ ਮਨਪ੍ਰੀਤ ਵਾਲੇ ਪਾਸੇ ਤਾਂ ਮੇਰੀ ਸੁਰਤੀ ਹੈ ਹੀ ਨਹੀਂ ਸੀਗੀ ਵੀ ਉਹ ਇਹੋ ਜਿਹਾ ਚੰਦ ਚਾੜ ਦੂਗੀ ਉਹ ਆਹ ਵੀ ਜੱਬ ਉਸੇ ਦਾ ਹੀ ਹੈ ਜੇ ਉਹਨੇ ਸਮਝਾ ਕੇ ਰੱਖੀ ਹੁੰਦੀ ਤਾਂ ਇਹ ਇੰਨਾ ਸਿਰ ਨਹੀਂ ਚੜ੍ਹਦੀ ਸੀ ਜਿਹੜਾ ਹੁਣ ਇਹਨੇ ਆਹ ਕੁਛ ਕਰਤਾ
चल कोई गल नहीं भीरे, हुण तुसी बहुता ना हो करो, होने भी ना रो रो बुरा हाल कर रखे, की हो गया? बैठ जी, चल मैं समझानी हूं उनू, चंगा? ठीक है भाई, कर लो गल जे हुंदी है, हुण गल करे दा की फायदा, जदों इज्जती रुल गई सारी, की मुँह लैके मेरा पुत बाहर निकलू। भाभी देख सुरत कर, मैं बाई नू के हैगा, बाई लब के लियाऊगा, जस ते बाई गड्डी लेके ना अपनी मनप्रीत नू जरूर लब के लेके आणगे, ते अपनी मनप्रीत उसे घर दे विच वसूगी। कोई गल नहीं, अपनी धी तो गलती हुई है ना, आपां उन्हां तो माफ़ी मंग लाँगे, उन्हां दे पैरां च पै जाँगे, ते अपनी मनप्रीत नू उत्थे वसावांगे। तू हौसला रख भाभी, जे उन्हें बसना हुंदा ना एडा वड्डा स्टैप ना चकदी, वह पहले ही बस जाती। चल भाभी कोई गल नहीं, जदों माड़ा टाइम आंदा ना तो वह किसी को पुछ दस के नहीं आंदा हुंदा, बस है समझ लै कलैणी घड़ी सी वह। कोई गल नहीं, मिल जूगी मनप्रीत, तू रब ते भरोसा रख। माड़ा टाइम आया नहीं, उन्हें कलैणी ने लिया साढ़े ते माड़ा टाइम तो। कोई ना भाभी, हुण देख रोए कर लाई कुछ नहीं बनता है, मन समझा तू, जे बन भी गई तो अपने नाल केड़ा कल्या नाल बनी है, दुनिया नाल बनती है, फिर किड्डी की गल है, मनप्रीत मिल जूगी, हाले तक किसी नूं पता भी नहीं लग्या, ना अपने किसी रिश्तेदारी च ना किसी आंढ गुआंढ च। लग जूगा पता रिश्तेदारी च आंढ गुआंढ च, आंढ गुआंढ तो अगे मूँह ना मूँह जोड़ के गल्ला करते। भाभी तू पुठा क्या सोचदी है हमेशा, तू सीधा सोचना भी आंढ गुआंढ च पता लगन तो पहला पहला अपनी मनप्रीत आप मिल जे, ते आप बोझ बचा के उन्हें उत्थी छड्डावांगे ओहदे सहुरे घर। को कारा कर जोगी, हुण तां दो चौं पिंडां विच होए होए होई आ, फिर पच्चियां पिंडां च होगी, जे सहुरियां तो इदां दा कारा कोई कर गया फिर पच्चियां पिंडां च होए होए होगी, हुण तां लिया के किते उधर फूक दवांगे, फिर तां फूकी भी नहीं जानी जे सहुरी ये कारा कीता हुंदा। कोई ना भाभी, अपनी मनप्रीत इन्नी भी मोटे दिमाग की नहीं हैगी, जब सारे ने आपां ने समझाया ना उन्हूं, वो जरूर समझूगी, ते वो आपदे घरें जरूर बसूगी। भाभी यकीन रख मेरे ते। यकीन तो मैं अपनी ढिडो जम्मी ते भी बहुत कीता सी, तेरे ते बीबी नण दे की यकीन करां, ओ मेरा यकीन तोड़ के चले गई, बहुत चावा लाडा ना पाली सी मैं, मनप्रीत बहुत चावा लाडा ना पाली सी मैं, मैनू खूच धक्का दे जांदी मनप्रीत तू जाण तो पहला, मैनू जहर दे जांदी फिर उजड़दी तू ना। मैनू ए दस, तेनू तो वह जहर दे दी, ते पिछे तेरे नूह पुत दा की बनता, मेरे बाई दा की बनता, जा तो तू कह सारे टब्बर नू जहर दे जांदी है, यह तो आप जोंदे मर गए भी, मेरी भी भतीजी है, मैनू भी बहुत दुख है भाभी। कोई ना भाभी, असी तेरे नाल आ सारे, तू फिकर ना कर, मैं अरदास करूंगी वाहिगुरु अगे, अपनी मनप्रीत जरूर मिलूगी, जरूर मिलूगी। रब्बा आ की हो गया, कबाड़ जहा खासा होया पिया, ये बेच के ना 200-400 रुपये हाथ चाहूगा, फिर तो बब्बर भरना मैं, कद कुछ मंग दिया कद कुछ मंग दिया। ਉਹ ਕੁਛ ਨਹੀਂ, ਕਵਾੜ ਜਿਹਾ ਪਿਆ ਸੀਗਾ, ਮੈਂ ਤਾਂ ਉਹ ਦੇਖਦਾ। ਲੱਡੂ ਲੈ ਕੇ ਆਉਣੇ ਸੀ, ਕੋਈ ਤਾਜ਼ੇ ਤਲੇ ਆਉਂਦੇ? ਉਹ ਤਾਜ਼ੇ ਨੂੰ ਕਿਹੜਾ ਯਾਰ, ਮੈਂ ਆਪ ਬਣਾ ਕੇ ਲੈ ਕੇ ਆਉਣੇ ਸੀਗੇ, ਜੈ ਜੋ ਉੱਥੇ ਦੁਕਾਨ 'ਤੇ ਮਿਲੇ ਮੈਂ ਲੈ ਆਇਆ, ਤੂੰ ਤਾਂ ਯਾਰ ਉਈ ਨਾ ਆਖਿਰ ਕਰੀ ਨਾ ਬਿਨਾਂ ਗੱਲ ਤੋਂ। ਚੱਲ ਚੰਗਾ, ਮੈਨੂੰ ਇਹ ਦੱਸ ਅੱਗੇ ਦਾ ਕੀ ਸੋਚਿਆ? ਅੱਗੇ ਦਾ ਕਿਆ, ਕਵਾੜ ਜਿਹਾ ਪਿਆ ਨੂੰ ਵੇਚ ਦੀਏ ਪਹਿਲਾਂ, ਫਿਰ ਸਫਾਈ ਦੀ ਕਰ ਲਾਂਗੇ ਉਰੇ, ਫਿਰ ਹੀ ਸੈਟਿੰਗ ਹੋ ਗਈ ਆਪਣੀ ਉਰੇ। ਲਾਈਫ 'ਚ ਕੀ ਹੈ ਵੀ ਅੱਗੇ ਦਾ ਹੁਣ ਕੀ ਸੋਚਿਆ ਹੈ? ਯਾਰ ਲਾਈਫ 'ਚ ਕੀ ਸੋਚਣਾ, ਪਹਿਲੀ ਗੱਲ ਤਾਂ ਤੂੰ ਮੈਨੂੰ ਆ ਸੜੇ ਹੋਏ ਘਰੇ ਲਿਆ ਕੇ ਬਿਠਾਤਾ, ਆਪਦੇ ਘਰੇ ਕਦੋਂ ਲੈ ਕੇ ਜਾਏਂਗਾ? ਉਹ ਘਰੇ ਲੈ ਕੇ ਜਾਊਂਗਾ, ਪਹਿਲਾਂ ਘਰਦਿਆਂ ਨਾਲ ਤਾਂ ਗੱਲ ਕਰ ਲਾਂ ਮੈਂ। ਹਾਏ, ਤੂੰ ਘਰਦਿਆਂ ਨੂੰ ਦੱਸਿਆ ਨਹੀਂ ਕੁਛ ਵੀ ਅਜੇ ਤੱਕ? ਉਹ ਕੁਛ ਨਹੀਂ ਦੱਸਿਆ, ਜਦੋਂ ਦੱਸਦਾ ਵੀ ਕੁੜੀ ਨੂੰ ਭਜਾ ਕੇ ਲੈ ਕੇ ਆਇਆ, ਪਤਾ ਕਿੰਨੇ ਛੱਤਰ ਪੈਣੇ ਸੀ ਮੇਰੇ, ਆਂਢ ਗੁਆਂਢ 'ਚ ਕੀ ਕਹਿੰਦੇ ਫਿਰ, ਸਮਝ ਤੂੰ ਆਪ ਇਸ ਗੱਲ ਨੂੰ ਯਾਰ। ਜਿਹੜੀ ਮੈਂ ਘੁੱਟ ਚਾਹ ਪੀਣੀ ਸੀ ਚੰਦਰਿਆ, ਤੂੰ ਉਹ ਵੀ ਰੋਕਤੀ, ਉਹ ਤਾਂ ਹੁਣ ਮੇਰੇ ਹਲਕ 'ਚੋਂ ਥੱਲੇ ਜਾਣੀ ਹੋਈ ਨਹੀਂ। ਯਾਰ ਤੂੰ ਮੇਰੀ ਗੱਲ ਸੁਣ, ਜੇ ਤੈਨੂੰ ਮੈਂ ਘਰੇ ਲੈ ਵੀ ਜਾਵਾਂ ਠੀਕ ਹੈ, ਜੇ ਤੇਰੇ ਘਰ ਦੇ ਲੱਭਦੇ ਲੱਭਦੇ ਮੇਰੇ ਘਰ ਦਾ ਪਤਾ ਲੱਗ ਗਿਆ ਉਹਨਾਂ ਨੂੰ, ਫਿਰ
ਆਪਾਂ ਤਾਂ ਫੜੇ ਫੜਾਏ ਆ ਨਾ, ਘਰਦਿਆਂ ਨਾਲ ਮੇਰਾ ਵੈਰ ਪੈ ਗਿਆ, ਸਹੁਰੇ ਨਾਲ ਮੇਰਾ ਵੈਰ ਪੈ ਗਿਆ, ਸਹੁਰੇ ਨਾਲ ਹਜੇ ਕੁਛ ਨਿਬੜਿਆ ਨਹੀਂ, ਕਰਿਆ ਨਹੀਂ, ਅਗਲੇ ਭਾਵੇਂ ਪੁਲਿਸ ਲੈ ਕੇ ਇੱਥੇ ਵੱਜਣ, ਫੇਰ ਦੱਸ ਕਿਹਦੀ ਮਾਣੂ ਮਾਸੀ ਆਖਾਂ। ਉਹ ਇਸ ਘਰ ਦਾ ਟਿਕਾਣਾ ਨਾ ਕਿਸੇ ਨੂੰ ਨਹੀਂ ਪਤਾ ਹੈਗਾ, ਜਿੱਥੇ ਮੇਰਾ ਘਰ ਹੈ ਉਹ ਸਾਰੇ ਪਿੰਡ ਨੂੰ ਪਤਾ ਹੈ ਬਾਬਾ ਕਿੱਥੇ ਰਹਿੰਦਾ, ਤਾਂ ਕਰਕੇ ਤੈਨੂੰ ਇੱਥੇ ਲੈ ਕੇ ਆਇਆ। ਲੇਕਿਨ ਸ਼ੱਕ ਵੀ ਹੋਊਗਾ ਨਾ, ਇੱਥੇ ਕੋਈ ਨਹੀਂ ਆਉਂਦਾ ਹੈਗਾ, ਇਹ ਤਾਂ ਬੰਦ ਪਿਆ ਸੀ ਕਿੰਨੇ ਸਾਲਾਂ ਤੋਂ ਘਰ। ਬਾਬੇ ਕਿਤੇ ਇਹ ਨਾ ਹੋਵੇ, ਮੇਰੀ ਮੰਮੀ ਨੂੰ ਜਿਹੜੀਆਂ ਗੱਲਾਂ ਉਹ ਆਂਟੀ ਨੇ ਕਹੀਆਂ ਸੀ ਉਹ ਸੱਚ ਹੋਣ। ਜੇ ਕਿਤੇ ਉਹ ਸੱਚ ਹੋਈਆਂ ਨਾ, ਸੌ ਰੱਬ ਦੀ ਆ ਤੇਰੀਆਂ ਬੋਦੀਆਂ ਨਹੀਂ ਰਹਿੰਦੀਆਂ ਸਿਰ ਤੇ। ਫਿਰ ਯਾਰ ਕੁਛ ਨਹੀਂ ਸੱਚ ਹੈਗਾ, ਕਿਹੋ ਜਿਹੀਆਂ ਗੱਲਾਂ ਕਰੀ ਜਾਣੀ ਹੈ, ਐਡਾ ਸਟੈਪ ਚੱਕਦਾ ਮੈਂ, ਐਡਾ ਰਿਸਕ ਲੈਂਦਾ ਮੈਂ ਤੈਨੂੰ ਲੈ ਕੇ ਆਉਂਦਾ ਉਰੇ ਜੇ ਸੱਚ ਹੁੰਦੀ ਉਹ ਗੱਲਾਂ। ਹੋਰ ਹੀ ਪਤਾ ਨਹੀਂ ਯਾਰ ਤੇ ਦਿਮਾਗ ਨੂੰ ਕੀ ਚੜ੍ਹਿਆ, ਜਿਹੜਾ ਕੁਛ ਸੁਣ ਲਿਆ ਉਹੀ ਗੱਲ ਨੂੰ ਸੱਚ ਮੰਨ ਕੇ ਬਹਿ ਜਾਣੀ ਤੂੰ ਤਾਂ। ਚੱਲ ਯਾਰ ਕਿਵੇਂ ਨਾ ਕਿਵੇਂ ਕਰਕੇ ਨਾ ਪਲੀਜ਼ ਤੂੰ ਘਰੇ ਗੱਲ ਕਰ ਲਾ ਤੇ ਮੈਨੂੰ ਘਰੇ ਲੈ ਜਾ, ਠੀਕ ਆ? ਫਿਰ ਜੇ ਆਪਾਂ ਤੇਰੇ ਘਰੇ ਵੱਗ ਗਏ ਨਾ, ਫਿਰ ਮੈਨੂੰ ਕੋਈ ਡਰ ਨਹੀਂ ਨਾ ਪੇਕਿਆਂ ਦਾ ਨਾ ਸਹੁਰਿਆਂ ਦਾ। ਡਰ ਤੈਨੂੰ ਉਰੇ ਵੀ ਨਹੀਂ ਹੈਗਾ ਕਿਸ ਚੀਜ਼ ਦਾ, ਸਮਝ ਗਈ? ਪਰ ਹੌਲੀ ਹੌਲੀ ਆਪਾਂ ਤੈਨੂੰ ਘਰੇ ਲੈ ਕੇ ਜਾਊਂਗਾ ਮੈਂ, ਪਰ ਉਹਨਾਂ ਚਿਰ ਤੈਨੂੰ ਉਰੇ ਐਡਜਸਟਮੈਂਟ ਕਰਨੀ ਪਊ ਯਾਰ। ਉਰੇ ਡਰ ਤਾਂ ਨਹੀਂ ਹੈਗਾ, ਪਰ ਕੋਈ ਸਿਆਣਾ ਬੰਦਾ ਵੀ ਨਹੀਂ ਨਾ ਹੈਗਾ ਵੀ ਜਿਹੜਾ ਆਪਣੇ ਫੇਵਰ 'ਚ ਬੋਲੇ ਆਪਣੇ ਅੱਗੇ ਬੋਲੇ। ਯਾਰ ਜਦੋਂ ਮੈਂ ਹੈਗਾ ਕਿਸੇ ਬੰਦੇ ਨੂੰ ਲਿਆਉਣ ਦੀ ਕੀ ਲੋੜ ਹੈ, ਉਹੀ ਕਰੀਆਂ ਜਦੋਂ ਮਈ ਦੇ ਨਾਲ ਖੜ ਗਿਆ, ਕਿਸ ਤੋਂ ਆਪਾਂ ਕੀ ਲੈਣਾ। ਚੱਲ ਚੰਗਾ, ਮੈਨੂੰ ਤਾਂ ਭੁੱਖ ਲੱਗੀ ਆ, ਕੁਛ ਖਾਣ ਨੂੰ ਲਿਆ ਦੇ। ਕੋਈ ਗੱਲ ਨਹੀਂ, ਲਿਆ ਦੇਣਾ, ਚਾਹ ਪੀ ਲਾ ਪਹਿਲਾਂ, ਫਿਰ ਨਾਲ ਨੂੰ ਵੀ ਲਿਆ ਦੂੰਗਾ। ਇਹ ਤਾਂ ਮੈਂ ਵੀ ਨਹੀਂ ਚਾਹ ਪੀਤੀ ਯਾਰ, ਆਹ ਵੀ ਅਧੂਰੀ ਤੇਰੀ ਕੱਪੀ ਜੀ। ਰੋਟੀ ਲਿਆ ਦੀ, ਲਿਆਊਂਗਾ ਮੈਂ ਵੀ ਤਾਂ ਭੁੱਖਾ ਮਰਦਾ, ਲਿਆ ਦੂੰ ਰੋਟੀ ਤੈਨੂੰ ਮੈਂ। ਚਾਹ ਤੂੰ ਸਵਾਦ ਬਣਾਈ ਆ ਵੈਸੇ। ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਕਰੀ ਕੀ ਜਾਂਦਾ, ਕਦੇ ਰਾਤ ਨੂੰ ਘਰੇ ਨਹੀਂ ਆਉਂਦਾ, ਕਦੇ ਸਾਰਾ ਸਾਰਾ ਦਿਨ ਨਹੀਂ ਘਰ ਨਹੀਂ ਵੜਦਾ। ਹੁਣ ਤਾਂ ਸੱਚੀ ਸੰਗਤ ਲਾਉਣ ਵਾਲਾ ਕੰਮ ਹੋਇਆ ਪਿਆ, ਹੁਣ ਤਾਂ ਦਿਨੇ ਵੀ ਨਹੀਂ ਖੜਦਾ, ਰਾਤ ਨੂੰ ਤਾਂ ਆਉਣਾ ਹੀ ਕੀ ਹੈ। ਦੱਸ ਨਾਲੇ ਕਿਹਾ ਸੀਗਾ ਵੀ ਮੈਂ ਦਵਾਈ ਲੈਣ ਜਾਣਾ ਸੰਗਰੂਰ, ਫਿਰ ਵੀ ਨਹੀਂ ਖੜਿਆ ਘਰੇ। ਫੋਨ ਕਰਕੇ ਕਹਿੰਦੀ ਹੈਗੀ ਵੀ ਮੈਨੂੰ ਲੈ ਕੇ ਜਾ, ਵੀ ਦੱਸ ਹੁਣ ਮੈਂ ਗੁਆਂਢੀਆਂ ਨਾਲ ਜਾਵਾਂ। ਅਕਲ ਹੀ ਨਹੀਂ ਆਉਣੀ, ਸਾਰੀ ਉਮਰ ਨਹੀਂ ਅਕਲ ਆਉਣੀ ਹੈਗੀ, ਪਤਾ ਨਹੀਂ ਕੀ ਸੋਚ ਕੇ ਮੇਰੇ ਘਰਦਿਆਂ ਨੇ ਇੰਨਾ ਵਿਆਹ ਕਰਤਾ ਮੇਰਾ। ਹੈਲੋ, ਨਾ ਕਿੱਥੇ ਆ ਤੂੰ, ਕੀ ਹੋ ਗਿਆ, ਖੋਣਾ ਕੀ ਹੈਗਾ, ਸਿਆਪਾ ਹੋ ਗਿਆ ਮੇਰਾ ਪਿੱਟ ਲਾ ਕੇ ਮੈਨੂੰ। ਨਾ ਕੀ ਚੱਜ ਦੀ ਗੱਲ ਕਰਾਂ, ਕਿੱਥੇ ਹੈ, ਕਿੱਥੇ ਆ ਤੂੰ, ਨਾ ਦਿਨੇ ਖੜੇ ਨਾ ਰਾਤ ਨੂੰ ਖੜੇ ਘਰੇ। ਜਿਹੜਾ ਬੰਦਾ ਬਿਮਾਰ ਹੋ ਜਾ ਕਰੇ ਲੈ ਚੱਕ ਕੇ ਹਸਪਤਾਲ ਲੈ ਜਾ ਕਰ, ਟੈਸਟ ਕਰਵਾ ਲਿਆ ਕਰ, ਘਰਦਿਆਂ ਨੂੰ ਪੁੱਛੀ ਤੂੰ ਵੀ ਕੋਈ ਮਰਦਾ ਕਿ ਜਿਉਂਦਾ। ਫਿਰ ਮੇਰੇ ਨਾਲ ਕੌਣ ਖੜੂਗਾ, ਮੈਨੂੰ ਇਹ ਤਾਂ ਦੱਸ ਦੇ। ਮੈਨੂੰ ਕਹਿ ਕੇ ਤੋਰਿਆ ਵੀ ਮੈਂ ਸੰਗਰੂਰ ਜਾਣਾ ਹੈਗਾ, ਮੈਨੂੰ ਲੈ ਕੇ ਜਾਈ, ਫਿਰ ਨਿਕਲ ਗਿਆ ਅੱਖ ਜੀ ਬਚਾ ਕੇ। ਘਰੇ ਖੜਨਾ ਕਿ ਨਹੀਂ ਖੜਨਾ ਤੂੰ, ਜਲੂਸ ਤਾਂ ਮੇਰਾ ਨਿਕਲਿਆ ਪਿਆ। ਮੈਨੂੰ ਇਹ ਦੱਸ ਦੇ ਕਿੰਨੇ ਟਾਈਮ ਤੱਕ ਆਵੇਗਾ। ਮੇਰੀ ਗੱਲ ਸੁਣ ਲੈ, ਮੈਨੂੰ ਘੰਟਾ ਵੀ ਲੱਗ ਸਕਦਾ, ਘੰਟੇ ਤੂੰ ਵੀ ਲੱਗ ਸਕਦੇ, ਇਹਦਾ ਜਾਣਾ ਤਾਂ ਮੇਰੀ ਵੇਟ ਕਰ ਲੈ, ਜੇ ਜ਼ਿਆਦਾ ਗਲੀਆਂ ਨਾ ਆ ਨਹੀਂ ਬਸ ਉਹਨੇ ਹੋ ਗਈ ਬੰਦਿਆਂ ਨੂੰ ਚੜ ਕੇ ਸ਼ਹਿਰ ਵੱਲ। ਮੈਨੂੰ ਇਹ ਦੱਸ, ਹੈਲੋ ਹੈਲੋ, ਕਿੰਨੇ ਟਾਈਮ ਤੱਕ ਆ ਰਹੇ ਆ? ਮੈਂ ਤੈਨੂੰ ਕਹੀ ਜਾਂਦਾ ਘੰਟਾ ਵੀ ਲੱਗ ਸਕਦਾ, ਮੈਂ ਦੋ ਘੰਟੇ ਵੀ ਲੱਗ ਸਕਦਾ, ਜੇ ਜ਼ਿਆਦਾ ਗਲੀਆਂ ਨਾ ਤਾਂ ਆਧਾਰ ਕਾਰਡ ਚੱਕ, ਆਧਾਰ ਕਾਰਡ ਬਸ ਤੇ ਲੱਗ ਜਾ, ਠੀਕ ਹੈ? ਆ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਹਨਾ, ਉਹੀ ਕਿਸੇ ਦੀ ਬਾਹ ਫੜਾ ਦੇ ਮੈਨੂੰ, ਉਹਨਾਂ ਨਾਲ ਵਗ ਜੂੰਗੀ ਚੜ ਕੇ ਮੈਂ। ਬਕਵਾਸ ਨਾ ਕਰ, ਸਾਡੇ ਲੱਗੀ ਬਕਵਾਸ ਨਾ ਕਰਨ ਵਾਲੇ, ਹੋਰ ਪਕਾਈ ਮਾਰ, ਚੁੱਪ ਕਰਕੇ ਨਾ ਇੱਕ ਘੰਟੇ ਦੇ ਵਿੱਚ ਘਰੇ ਆ ਜਾ। ਮੈਂ ਤੈਨੂੰ ਦੱਸਤਾ ਜਿੰਨਾ ਟਾਈਮ ਲੱਗੂਗਾ ਟਾਈਮ ਲੱਗੂਗਾ, ਇਹਨੂੰ ਅੱਧਰ ਚਲੇ ਛੱਡ ਕੇ ਨਹੀਂ ਆ ਸਕਦਾ, ਠੀਕ ਹੈ ਨਾ? ਜਿਹੜਾ ਕੋਈ ਹੈਗਾ ਇਕੱਲਾ ਹੀ ਹੈ ਵਿਚਾਰਾ। ਹਾਂ ਇਹ ਤਾਂ ਵਿਚਾਰਾ ਹੋ ਗਿਆ, ਮੈਂ ਹੀ ਤੁਰੀ ਫਿਰਦੀ ਆ ਉਹੀ ਮੂੰਹ ਚੱਕ ਕੇ। ਮੇਰੇ ਕੰਨਿਓ ਨਾ ਦਫਾ ਹੋ, ਜਿੱਥੇ ਮਰਜ਼ੀ ਜਾ, ਚੁੱਲ੍ਹੇ 'ਚ ਬਹਿ ਜਾ ਕੇ। ਅੰਗਰੇਜ਼ੀ ਬੋਲਦਾ ਮੈਂ? ਆਹੋ।
मेरे को नहीं आया जाना, सीधी जी गल दसा तेन मैं जिदा वेट कर लेता ठीक है, नहीं ना से ठीक है ओके ओके मुंडे का नाले का शाकी हो गया हो अपनी रोटी आज हो दस मैं ज्यादा की करने ने हाथ कुट के चलना पैना हूं मेनू भी वधींदा यार हाथ कुट के चलना पैना है चल नाले जो तो बाले फोन फान जे आंदे इधर उधर ना होया कर ओ यार मैं दसे थेगा लोग सुहा लेंदे फिरदे ने ता करके मैं तो उना पर हो जाना पता नहीं ये कित्थों दद लगी है हाय हाय चल आदे हैं भज के मड़ा हिम्मत ना चल शुक्र पैसे तो लेके आई है मुंता जी कहते खाली हाथ ही आ गई मेरी पल्लियों लवाओ पैसे तेन दस यार काली काली मेन फोन लाता ता करके भज के आया मैं नहीं तेन की लगता मेरे पैसे नहीं सीगे चल मैं तो तेरी आने की उम्मीद नहीं सी वधिया भी तू टाइम ते आता गया प्यार करदा ता आया मैं तेनू समझ गई लैन मरी जानी आपदी तेरे प्यार करके आपदे ना एडे एडे महल मनारे छड के आई हां मैं तेरे नाल ठीक है नहीं मैनू कोई शौक नहीं जड़ा सड़े हुए घर च रहण दा मैं भी ना तेरे प्यार दे चक्कर जी आपदा घर बार छड्डी बैठा आपदे मां पे छड्डी बैठा नहीं मैनू भी कोई शौक नहीं है इत्थे रहण नू प्यार 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 ने बहुत कुछ कराता हैना ओ प्यार ही कराउंदा है प्यार ही तां हुंदा है जिहड़ा दुनिया सब तों प्यारी चीज है ओ चा यार चल मेरी गल सुन हुण खान नू की लैके आवां कुछ भी ले आई बस मेरे लिए तो दो आलू के परौंठे तो दही जरूर ले आई दही तो बिना मेरे रोटी नहीं लगती ठीक है अचार लेके आवां नाल क सर जूगा ओ आप ही फड़ा देंगे बाला हुण कुकिंग मास्टर ना बन जांगा ओ चल ठीक है मेरा तो फर्ज बनदा ना पुछण दा हां चल चंगा रात दी तो फिक्र नहीं सी हुण पैसे मिल गए हुण पुछण दा फर्ज बनदा ओ यार जी मेरे पैसे हुंदे ना मैं कहूं दिना देथों चल चंगा मैं ताना नहीं मारया चंगा गुस्सा ना करी तेरी गल दा गुस्सा करके जाऊं किधर मैं यार कदे कदे तो आप इन्ने क खुश हो जाने भी सारा कुछ ही भुल जाता है भी साढ़े नाल पिछे की होना है जा अगे की होना है भी पिछे की होया सॉरी तो कदे कदे दिमाग एहो जी जगह पर जाके अड़ जाता बस भी आए सोचा च पै जाता भी होगा कि साढ़े नाल ओ कोई गल नहीं जो भी कुछ होगा ना सब चंगी होगा पहला भी चंगा होया तो अगे भी चंगी होगा ना जो पैसे ने ना इन्हों ध्यान ना रख दें ठीक है चल ठीक है मैं आ गया कोई गल नहीं जस क्यों फोन ट्राई करी जाने कोई फायदा नहीं हैगा मत्था मारन दा हुण पता तां करना ही आ फोन तां लाके देखना ही आ मैं फोन देखना की फायदा इह चीजां दा क्यों की हो गया तुहानू दस्या सी ना वी उह मुंडा पता नहीं केड़े पिंड दा सीगा तां दिमाग च ही नहीं रहा वाहवा वाहवा सीगा उसे नाल ही गई आ तैनू किवें पता वी उसे नाल गई आ हो सकदा कल वांगू इधर उधर गई होवे आजूगी पंज चार घंटे नू नहीं जस उत्थे चिट्ठी लिख के धर के गई आ वी मेरी जिंदगी दे फैसले मैं आप लै सकदी आ ते दखल अंदाजी ना करियो विच अच्छा
ਤਾਂ ਲਿਖ ਕੇ ਛੱਡ ਗਈ। ਮੈਂ ਵੀ ਇੱਥੇ ਫੋਨ 'ਤੇ ਮੱਥਾ ਮਾਰੀ ਜਾਂਦਾ, ਫੋਨ ਤਾਂ ਪਤਾ ਹੀ ਆ ਫਿਰ ਲੱਗਣਾ ਕਿੱਥੋਂ ਆ। ਕੁੜੀ ਜੀ ਸਿਰ 'ਚ ਸੁਆਹ ਪਾ ਗਈ। ਇਹਦਾ ਵੀ ਕਿਹੜੇ ਪਿੰਡ ਦਾ ਹੈ, ਕਿਹੜੇ ਪਿੰਡ ਦਾ ਸੀਗਾ ਉਹ? ਮੇਰੇ ਤਾਂ ਆਪ ਨਹੀਂ ਯਾਦ ਆ ਰਿਹਾ, ਬਸ ਮੈਨੂੰ ਇੰਨਾ ਪਤਾ ਵੀ ਬਾਵਾ ਬਾਵਾ ਗਾ। ਕਮਾਲ ਕਰਤੀ ਲਾ ਜਾਵੀ, ਇੱਕ ਵਾਰੀ ਵੀ ਨਹੀਂ ਸੋਚਿਆ ਕੁੜੀ ਜੀ ਨੇ ਤਾਂ। ਯਾਰ ਆਪਣੀ ਰਿਸ਼ਤੇਦਾਰੀ ਵੀ ਉੱਥੇ, ਮੈਨੂੰ ਤਾਂ ਸਮਝ ਨਹੀਂ ਆ ਰਹੀ ਪਤਾ ਨਹੀਂ ਕਿਹੜਾ ਪਿੰਡ ਨਾਲ ਲੈਂਦੀ ਸੀ। ਮੰਮੀ ਨੂੰ ਪਤਾ ਸਾਰਾ ਕੁਛ ਨਾਲੇ। ਮੈਨੂੰ ਤਾਂ ਮੰਮੀ ਦੀ ਹੈਰਾਨਗੀ ਆਉਂਦੀ ਆ, ਸਾਰਾ ਕੁਛ ਪਤਾ ਹੁੰਦੇ ਸੁਣਦੇ ਵੀ ਇਹਨੇ ਕਿਉਂ ਨਹੀਂ ਉਹਦੇ ਨੱਥ ਪਾਈ, ਖੁੱਲੀਆਂ ਛੂਟਾਂ ਦੇ ਰੱਖੀਆਂ ਸੀ ਕੁੜੀ ਜੀ ਨੂੰ। ਜਦੋਂ ਦਾ ਪਤਾ ਲੱਗਿਆ ਨਾ ਉਦੋਂ ਦੀ ਤਾਂ ਮੰਮੀ ਨੇ ਬਥੇਰੀ ਨੱਥ ਪਾਈ ਆ, ਪਰ ਜਿਹੜੀ ਪਹਿਲਾਂ ਖੁੱਲ੍ਹ ਦਿੱਤੀ ਸੀ ਉਸੇ 'ਚ ਉਹ ਕਾਂਡ ਕਰਕੇ ਗਈ ਆ। ਉਹ ਕਿਹੜੀ ਨੱਥ ਪਾਈ ਆ ਗਈ? ਕੱਲ ਦੀ ਕੱਲ ਮੈਂ ਕਿਹਾ ਸੀ ਫੋਨ ਫੜ ਲਾ ਤੂੰ, ਫੋਨ ਤਾਂ ਫੜਿਆ ਨਹੀਂ ਗਿਆ, ਤੂੰ ਕਹਿੰਦੀ ਨੱਥ ਪਾਈ ਹੈਗੀ ਇਹਨੂੰ। ਫੋਨ ਦੇਵੇ ਵੀ ਕਿਸੇ ਨੂੰ, ਹੱਥ ਤਾਂ ਲਾਉਣ ਨਹੀਂ ਦਿੰਦੀ। ਸਾਰਾ ਕੁਛ ਨਾ ਇਹ ਮੰਮੀ ਦੇ ਕੰਡੇ ਬੀਜੇ ਨੇ, ਚੱਲ ਉਹਦੇ ਕਰਕੇ ਗਈ ਆ ਜੋ ਕੁਛ ਹੋਇਆਗਾ। ਤੁਸੀਂ ਹੁਣ ਨਾ ਮੰਮੀ ਨੂੰ ਨਾ ਕੋਸੀ ਜਾਓ, ਉਹ ਤਾਂ ਪਹਿਲਾਂ ਹੀ ਦਿਮਾਗ 'ਤੇ ਬਥੇਰੀ ਟੈਨਸ਼ਨ ਲਈ ਬੈਠੀ ਹੈ। ਹੋਰ ਕਿਹਨੂੰ ਕੋਸਾਂ, ਹੁਣ ਟੈਨਸ਼ਨਾਂ ਲੈਣ ਦਾ ਕੀ ਫਾਇਦਾ, ਹੁਣ ਤਾਂ ਚਾਹੇ ਜੱਗ ਜਹਾਂ ਦੀਆਂ ਟੈਨਸ਼ਨਾਂ ਲੈ ਲੈ ਦਿਮਾਗ 'ਤੇ। ਐ ਨਹੀਂ ਬੋਲਦੇ ਹੁੰਦੇ ਜਸ, ਤੁਸੀਂ ਮੰਮੀ ਨੂੰ ਥੋੜ੍ਹਾ ਜਿਹਾ ਸਮਝਾ ਕੇ ਨਾ ਲਵੇ ਲਾ ਲਓ, ਉਹ ਤਾਂ ਕਰ ਗਈ ਜਿਹੜਾ ਕੁਛ ਕਰਨਾ ਸੀ ਉਹਨੇ। ਸਮਝਾਉਣਾ ਛੱਡ ਪਹਿਲਾਂ, ਪਹਿਲਾਂ ਤਾਂ ਮੰਮੀ ਨੂੰ ਮੈਂ ਪੁੱਛਦਾ ਵੀ ਜਦੋਂ ਤੈਨੂੰ ਸਾਰਾ ਕੁਛ ਪਤਾ ਹੁੰਦੇ ਸੁਣਦੇ ਵੀ ਕਿਉਂ ਨਹੀਂ ਉਹ ਤੋਂ ਫੋਨ ਜਾ ਖੋਹਿਆ ਤੈ। ਹੁਣ ਰੋਂਦੀ ਆ ਲਾਉਂਦੀ ਅੱਖਾਂ ਨੂੰ ਥੁੱਕ, ਮੈਂ ਪੁੱਛਦਾ। ਜਸ ਆਰਾਮ ਨਾਲ ਗੱਲ ਕਰਿਓ ਮੰਮੀ ਨਾਲ, ਹੁਣ ਇਹ ਪਤਾ ਨਹੀਂ ਕਿੱਡਾ ਕਲੇਸ਼ ਖੜਾ ਕਰਨਗੇ। ਨਾ ਮਾਂ ਹੁਣ ਤੂੰ ਐਨੀ ਨੀਵੀਂ ਜੀ ਪਾਈ ਬੈਠੀ ਆ, ਤੈਨੂੰ ਉਦੋਂ ਨਹੀਂ ਦਿਖਦਾ ਸੀ ਜਿਹੜਾ ਕੁਛ ਹੋਇਆ, ਤੂੰ ਜ਼ਿੰਮੇਵਾਰ ਹੈ ਦੀ। ਕਿਹੜੀ ਮਾਂ ਚਾਹੁੰਦੀ ਹੈ ਵੀ ਮੇਰੀ ਧੀ ਨਿਕਲ ਜਾਵੇ? ਤਾਂ ਚਾਹੁੰਦੀ ਤਾਂ ਨਹੀਂ, ਮੈਨੂੰ ਇੱਕ ਗੱਲ ਦੱਸ, ਤੈਨੂੰ ਕੁਛ ਪਤਾ ਨਹੀਂ ਸੀਗਾ? ਤੈਨੂੰ ਸਾਰਾ ਕੁਛ ਪਤਾ ਦੀ, ਤੈਨੂੰ ਮੁੰਡੇ ਦਾ ਨਾਂ, ਮੁੰਡੇ ਦੇ ਪਿੰਡ ਦਾ ਨਾਂ, ਤੈਨੂੰ ਇਹ ਵੀ ਪਤਾ ਸੀ ਮਨਪ੍ਰੀਤ ਇਹਦੇ ਨਾਲ ਗੱਲਾਂ ਕਰਦੀ ਆ, ਉਦੋਂ ਕਿਉਂ ਨਹੀਂ ਰੋਕੀ ਤੂੰ? ਮੈਨੂੰ ਨਹੀਂ ਪਤਾ ਸੀ ਜਸ, ਜੇ ਮੈਨੂੰ ਪਤਾ ਹੁੰਦਾ ਮੈਂ ਉਹਨੂੰ ਕਾਹਨੂੰ ਇੱਧਰ ਕਰਜ਼ਾ ਚੱਕ ਕੇ ਵਿਆਹੁੰਦੀ। ਵਿਆਹ ਤੋਂ ਬਾਅਦ ਮੈਨੂੰ ਤਾਂ ਪਤਾ ਲੱਗਾ ਵੀ ਇਹ ਮੁੰਡੇ ਨਾਲ ਗੱਲਾਂ ਕਰਦੀ ਆ। ਜਦੋਂ ਪਤਾ ਲੱਗਿਆ ਉਦੋਂ ਕੀ ਕਰਿਆ ਤੂੰ? ਉਦੋਂ ਕੁਛ ਕਰਿਆ? ਉਹਦਾ ਫੋਨ ਕਿਉਂ ਨਹੀਂ ਖੋਇਆ? ਅੰਦਰ ਬਥੇਰਾ ਬਿਠਾ ਬਿਠਾ ਕੇ ਉਹਨੂੰ ਸਿੰਨਦੀ ਸੀ ਮੈਂ। ਬਿਠਾ ਬਿਠਾ ਕੇ ਨਹੀਂ, ਤੈਨੂੰ 20 ਵਾਰ ਕਿਹਾ ਤੀ ਅੰਦਰ ਵੜ ਕੇ ਨਾ ਸਮਝਾ, ਉਹ ਤਾਂ ਸਿਰ ਨਾਲ ਸਿਰ ਜੋੜ ਕੇ ਸਮਝਾਉਂਦੀ ਸੀ ਉਹਨੂੰ ਵੀ ਨਾ ਮੇਰੀ ਕੁੜੀ ਦੀ ਗੱਲ ਸਾਡੇ ਟੱਬਰ ਤੋਂ ਵੀ ਨਾ ਕਿਸੇ ਨੂੰ ਪਤਾ ਲੱਗ ਜੇ, ਆ ਹੁਣ ਜਦੋਂ ਸਾਰੇ ਪਿੰਡ 'ਚ ਖਰੂ ਪਊ ਉਦੋਂ। ਹੁਣ ਲਾਉਂਦੀ ਆ ਅੱਖਾਂ ਨੂੰ ਥੁੱਕ, ਮੇਰੀ ਗੱਲ ਸੁਣ ਲਾ ਮਾਂ, ਭੱਜੀ ਆ ਤਾਂ ਹੁਣ ਮੈਂ ਤਾਂ ਮੰਨਦਾ ਵੀ ਤੇਰੇ ਕਰਕੇ ਭੱਜੀ ਆ। ਫੇ ਮਾਂ ਨੂੰ ਮਾਰ ਦੇ, ਕੁੱਟ ਦੇ ਗਲ, ਦੇ ਦੇ ਜ਼ਹਿਰ। ਹੁਣ ਆ ਡਰਾਮਾ ਸ਼ੁਰੂ ਕਰ ਲਾ, ਪਹਿਲਾਂ ਘੱਟ ਬਦਨਾਮੀ ਆ, ਤੂੰ ਮਰ ਜਾ, ਜ਼ਹਿਰ ਤੂੰ ਖਾ ਲਾ, ਹੋਰ ਕਰਵਾ ਦੋ ਪਿੰਡ ਝੰਡੀ ਜੇ ਕਸਰਾ ਹਲੇ ਕੋਈ। ਤੁਸੀਂ ਮੈਨੂੰ ਮਜਬੂਰ ਕਰਦੇ ਸਭ ਕੁਛ ਕਰਨੇ ਨੂੰ, ਮੈਂ ਬਹੁਤ ਦੁਖੀ ਆ ਜਸ, ਮੈਂ ਬਹੁਤ ਦੁਖੀ ਆ। ਮਾਰ ਰਹਿਣ ਦੇ, ਆ ਡਰਾਮੇ ਜੇ ਨਾ ਕਰ, ਜਿੱਦਣ ਤੈਨੂੰ ਉਹਦਾ ਪਤਾ ਲੱਗ ਗਿਆ ਸੀ ਉਹ ਗੱਲਾਂ ਕਰਦੀ ਆ, ਉਦੀ ਉਹਦਾ ਗਲ ਫੜਦੀ। ਮੈਨੂੰ ਕੀ ਪਤਾ ਸੀ ਵੀ ਆਹ ਕਾਰਾ ਕਰ ਜਾਊਗੀ, ਮੈਨੂੰ ਤਾਂ ਉਹ ਪ੍ਰਣ ਪ੍ਰਣ ਰੱਖਦੀ ਸੀ ਵੀ ਕਿਸੇ ਕੋ ਗੱਲ ਕੀਤੀ ਫੇਰ ਦੇਖੀ। ਉਹ ਨੀ ਪ੍ਰਣ ਪ੍ਰਣ ਰੱਖਦੀ ਸੀ, ਤੂੰ ਗੱਲਾਂ ਪਹੁੰਚਾਉਂਦੀ ਸੀ, ਢਿੱਡ ਚ ਲੁਕਾਉਂਦੀ ਸੀ ਉਹਦੀਆਂ ਗੱਲਾਂ ਵੀ ਨਾ ਮੇਰੀ ਕੁੜੀ ਦੀ ਗੱਲ ਨਾ ਪਤਾ ਲੱਗ ਜੇ ਕਿਸੇ ਨੂੰ। ਉਹ ਨਹੀਂ ਜਸ, ਮੈਂ ਇੱਦਾਂ ਦਾ ਕੁਛ ਨਹੀਂ ਸੀ ਕਰਦੀ, ਮੈਨੂੰ ਜੀਣ ਦੇ ਦੇ ਹੁਣ, ਜਿਹੜਾ ਮੈਂ 4 ਦਿਨ ਜੀਣਾ ਤੇਰੇ ਤਾਨੇ ਮਿਣੇ ਨਾ, ਮੈਂ ਉਹ ਵੀ ਨਹੀਂ ਜੀਣਾ ਜਸ। ਜੇ ਤੂੰ ਆਹੀ ਲੱਛਣ ਰੱਖੇ ਨਾ ਮੇਰੇ ਨਾਲ, ਮੈਂ ਉਹ ਵੀ ਨਹੀਂ ਜੀਣਾ, ਮੈਂ ਮਰ ਜਾਣਾ ਜਿਉਂਦੇ ਜੀ, ਮੇਰਾ ਕੋਈ ਜੀਣ ਦਾ ਧਰਮ ਨਹੀਂ ਰਹਿ ਗਿਆ। ਰਹਿਣ ਦੇ ਮਾਂ, ਹੁਣ ਐਡੀ ਸੱਚੀ ਨਾ ਬਣ ਵੀ ਖੋਰੇ ਤੈਨੂੰ ਬਾਲੇ ਦੁੱਖ ਆ, ਗੱਲਾਂ ਇੱਥੇ ਤੱਕ ਆਉਣੀਆਂ ਨਹੀਂ ਸੀਗੀਆਂ ਜਦੋਂ ਉਦੋਂ ਨੱਥ ਪਾਉਂਦੀ ਉਹਨੂੰ। ਕੋਈ ਨਹੀਂ, ਬਾਪੂ ਨਾਲ ਕਰਦਾ ਮੈਂ ਗੱਲ, ਉਹ ਫਿਰਦਾ ਇੱਥੇ ਬੀਹੀਆਂ 'ਚ ਭਾਲਦਾ, ਉਹਨੂੰ ਦੱਸੂ ਵੀ ਸਾਰਾ ਕੁਛ ਪਤਾ ਦੀ ਇਹਨਾਂ ਨੂੰ। ਓਏ ਉਹਨੂੰ ਨਾ ਮੇਰੇ ਪੇਸ਼ ਪਵਾ ਦੇਈ ਹੁਣ ਜਸ, ਉਹਨੂੰ ਨਾ ਮੇਰੇ ਪੇਸ਼ ਪਵਾ ਦੇਈ, ਕਿਉਂ ਮੇਰਾ ਸਾਰਾ ਟੱਬਰ ਬੈਰੀ ਬਣ ਗਿਆ, ਧੀ ਤਾਂ ਕਾਰਾ ਕਰ ਗਈ, ਹੁਣ ਤੁਸੀਂ ਮੈਨੂੰ ਜਿਉਣ ਦੇ ਦਿਓ, ਤੁਸੀਂ ਨਹੀਂ ਮੈਨੂੰ ਜਿਉਣ ਦੇਣਾ, ਮੇਰਾ ਐਂਡ ਵਾ ਹੁਣ, ਮੇਰਾ ਐਂਡ ਆ, ਬਸ ਹੁਣ ਮੈਂ ਮਰੂੰਗੀ, ਕੋਈ ਜੀਵੇ ਚਾਹੇ ਨਾ, ਮੈਂ ਮਰ ਕੇ ਦਿਖਾਊਂਗੀ ਇਹਨਾਂ ਨੂੰ, ਮੈਂ ਮਰੂੰਗੀ। ਠੀਕ ਹੈ ਜੀ, ਲੈ ਵੀ ਪਾਵਿਆ ਮਨਪ੍ਰੀਤ, ਤੂੰ ਭਜਾ ਕੇ ਤਾਂ ਲਿਆ ਆ, ਪਰ ਹੁਣ ਵਿਆਹ ਉਹਦੇ ਨਾਲ ਮੈਂ ਨਹੀਂ ਕਰਾਉਣਾ, ਰੱਖਣਾ ਉਹਨੂੰ ਮੈਂ ਨਹੀਂ ਹੈਗਾ, ਫਿਰ ਹੁਣ ਕਰੇਗਾ ਕਿਵੇਂ? ਮੈਂ ਤਾਂ ਹੈਰਾਨ ਹਾਂ, ਉਹਨੂੰ ਕਿੰਨੇ ਕੁ ਦਿਨ ਮੈਂ ਰੱਖੂ ਰੱਖੂ ਇੱਥੇ, ਕਦੇ ਨਾ ਕਦੇ ਮੈਨੂੰ ਪੁੱਛੂਗੀ ਨਾ ਵੀ ਆਪਦੇ ਘਰ ਲੈ ਕੇ ਜਾ, ਆਪਦੇ ਮਾਂ ਪਿਓ ਨਾਲ ਗੱਲ ਕਰਾ,
ब्याह वाली भी गल करूगी हो। करा कि फिर मैं कोई नहीं ब्याह तो आप करवा नहीं है।